ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 16ਵੇਂ ਅੰਗ ਦੀ ਵਿਆਖਿਆ ਲੈ ਕੇ ਅਸੀਂ ਹਾਜ਼ਰ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15ਵੇਂ ਅੰਗ ਦੀ ਵਿਆਖਿਆ ਦੇ ਵਿੱਚ ਆਖਰੀ ਪੰਕਤੀ ਸੀ ਕਿ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ, ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪੈਨਣ ਖਾਣ, ਹੋਰ ਗੱਲਾਂ ਸਭ ਕੂੜੀਆਂ, ਤੁਧ ਭਾਵ ਹੈ ਪ੍ਰਵਾਨ ਕੇ ਉਸ ਪ੍ਰਭੂ ਨੂੰ ਜਿਸਨੇ ਸਾਨੂੰ ਇਹ ਜਿੰਦ ਜਾਨ ਬਖਸ਼ੀ ਹੋਈ ਹੈ, ਜਿਸਦੇ ਬਖਸ਼ੇ ਹੋਏ ਸਾਹ ਸਾਡੇ ਸਰੀਰ ਦੇ ਵਿੱਚ ਚੱਲ ਰਹੇ ਨੇ, ਉਹਨੂੰ ਆਪਣੇ ਮਨੋਂ ਨਹੀਂ ਵਿਸਾਰਨਾ ਚਾਹੀਦਾ, ਕਿਉਂਕਿ ਉਹਦੇ ਤੋਂ ਬਿਨਾਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਭੂ ਪਦਾਰਥ ਨੇ, ਇਸ ਦੁਨੀਆਂ ਦੇ ਜੋ ਦੁਨਿਆਵੀ ਚੀਜ਼ਾਂ ਨੇ, ਇਹ ਸਾਡੇ ਮਨ ਨੂੰ ਹੋਰ ਵੀ ਜ਼ਿਆਦਾ ਮਲੀਨ ਕਰਦੀਆਂ ਨੇ। ਇਹ ਸਾਰੀਆਂ ਚੀਜ਼ਾਂ ਜੋ ਨੇ ਨਾਸ਼ ਹੋਣ ਵਾਲੀਆਂ ਨੇ, ਇਹਨਾਂ ਨੇ ਇੱਕ ਨਾ ਇੱਕ ਦਿਨ ਨਾਸ਼ ਹੋ ਜਾਣਾ ਹੈ, ਅਤੇ ਸਾਨੂੰ ਉਸ ਨਾਸ਼ ਰਹਿਤ ਪ੍ਰਭੂ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਉਹਦਾ ਹੀ ਜੋ ਉੱਦਮ ਹੈ, ਉਹਦੇ ਨਾਮ ਨਾਲ ਜੁੜਨ ਦਾ ਉੱਦਮ ਹੀ ਸਹੀ ਉੱਦਮ ਹੈ। ਅਤੇ ਹੁਣ ਅੱਗੇ ਵੱਧਦੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾ ਵਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ। ਇਹਨਾਂ ਪੰਕਤੀਆਂ ਦੇ ਵਿੱਚ ਕਹਿੰਦੇ ਨੇ ਕਿ ਤੂੰ, ਮਤਲਬ ਇੱਕ ਮਨੁੱਖ ਨੂੰ ਕਹਿ ਰਹੇ ਨੇ ਕਿ ਤੂੰ ਮਾਇਆ ਦਾ ਮੋਹ ਹੈ ਜਿਹੜਾ, ਉਹਨੂੰ ਸਾੜ ਦੇ। ਮਾਇਆ ਤੋਂ ਭਾਵ ਪੈਸੇ ਦਾ ਅਤੇ ਦੁਨਿਆਵੀ ਪਦਾਰਥਾਂ ਦਾ ਜਿਹੜਾ ਮੋਹ ਤੇਰੇ ਦਿਲ ਦੇ ਵਿੱਚ ਸਮਾਇਆ ਹੋਇਆ ਹੈ, ਉਸਨੂੰ ਸਾੜ ਕੇ ਸਵਾਹ ਕਰ ਲੈ ਅਤੇ ਸਿਆਹੀ ਬਣਾ ਲਾ ਉਹਦੀ, ਉਹਨੂੰ ਘਸਾ ਕੇ, ਅਤੇ ਆਪਣੀ ਜਿਹੜੀ ਅਕਲ ਹੈ ਉਹਨੂੰ ਇੱਕ ਸੋਹਣਾ ਕਾਗਜ਼ ਬਣਾ ਲੈ, ਪ੍ਰੇਮ ਨੂੰ ਕਲਮ ਬਣਾ ਲੈ, ਅਤੇ ਆਪਣੇ ਮਨ ਨੂੰ ਲਿਖਾਰੀ ਬਣਾ ਲੈ। ਭਾਵ ਕਿ ਇੱਕ ਲਿਖਣ ਦੀ, ਕੁਝ ਵੀ ਲਿਖਣ ਦੀ ਜਿਹੜੀ ਪ੍ਰਕਿਰਿਆ ਹੈ, ਉਹਦੇ ਵਿੱਚ ਜੋ ਕੁਝ ਵੀ ਸਾਜੋ ਸਮਾਨ ਸਾਨੂੰ ਚਾਹੀਦਾ ਹੈ ਅਤੇ ਜੋ ਕੁਝ ਵੀ ਵਿਚਾਰ ਕਰਨ ਲਈ ਮਨ ਚਾਹੀਦਾ ਹੈ, ਉਸ ਨੂੰ ਸਰੀਰ ਦੀ ਆਤਮਾ ਦੇ ਵੱਖ ਵੱਖ ਹਿੱਸਿਆਂ ਦੇ ਨਾਲ ਡਿਨੋਟ ਕੀਤਾ ਗਿਆ। ਤਾਂ ਫਿਰ ਕਹਿੰਦੇ ਨੇ ਕਿ ਇੱਦਾਂ ਕਰਕੇ ਤੂੰ ਕਰਨਾ ਕੀ ਹੈ, ਕਰਨਾ ਇਹ ਹੈ ਕਿ ਗੁਰੂ ਤੋਂ ਸਿੱਖਿਆ ਲੈ, ਗਿਆਨ ਪ੍ਰਾਪਤ ਕਰ, ਅਤੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ, ਉਸਦੇ ਨਿਯਮਾਂ ਨੂੰ ਸਮਝ, ਉਹਦੇ ਨਿਯਮਾਂ ਨੂੰ ਲਿਖ, ਪ੍ਰਭੂ ਦਾ ਨਾਮ ਲਿਖ, ਉਹਦੀ ਸਿਫਤ ਸਲਾਹ ਲਿਖ। ਇੰਨਾ ਕੁਝ ਲਿਖ ਕੇ ਵੀ ਹਾਲਾਂਕਿ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਉਰਲਾ ਪਰਲਾ ਜਿਹੜਾ ਬੰਨਾ ਹੈ ਉਹ ਨਹੀਂ ਲੱਭਿਆ ਜਾ ਸਕਦਾ, ਉਹਦਾ ਅੰਤ ਨਹੀਂ ਲੱਭਿਆ ਜਾ ਸਕਦਾ, ਉਹਦੀ ਸ਼ੁਰੂਆਤ ਨਹੀਂ ਲੱਭੀ ਜਾ ਸਕਦੀ, ਪਰ ਇਹ ਸਭ ਕੁਝ ਲਿਖ ਕੇ, ਇਹ ਸਾਰੇ ਗਿਆਨ ਦੇ ਉੱਤੇ ਵਿਚਾਰ ਕਰਕੇ ਤੈਨੂੰ ਜੀਵਨ ਜਾਂਚ ਜਿਹੜੀ ਹੈ ਉਹ ਜ਼ਰੂਰ ਆ ਸਕਦੀ ਹੈ। ਜਦੋਂ ਤੈਨੂੰ ਉਹ ਜੀਵਨ ਜਾਂਚ ਆ ਗਈ, ਉਹਦੀ ਲੋੜ ਤੈਨੂੰ ਜ਼ਿੰਦਗੀ ਦੇ ਵਿੱਚ ਸਮੇਂ ਸਮੇਂ ਸਿਰ ਪੈਣੀ ਹੈ, ਜਦੋਂ ਔਖੀ ਘੜੀ ਆਉਂਦੀ ਹੈ, ਜਦੋਂ ਕਹਿੰਦੇ ਕਿ ਹਿਸਾਬ ਮੰਗਿਆ ਜਾਂਦਾ। ਹਿਸਾਬ ਕਦੋਂ ਮੰਗਿਆ ਜਾਂਦਾ? ਆਪਣੇ ਕੰਮਾਂ ਦਾ। ਜਦੋਂ ਆਪਣੇ ਉੱਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉੱਥੇ ਆਪਣੇ ਪਿਛਲੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ, ਭਾਵ ਕਿ ਹੁਣ ਉਦੋਂ ਤੱਕ ਦੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕੰਮਾਂ ਦਾ ਹਿਸਾਬ ਕਿਸ ਤਰ੍ਹਾਂ ਹੋ ਜਾਂਦਾ ਹੈ ਕਿ ਜੋ ਕੁਝ ਵੀ ਤੁਸੀਂ ਉਦੋਂ ਤੱਕ ਸਿੱਖਿਆ ਹੁੰਦਾ ਹੈ, ਜਿੰਨਾ ਕੁ ਵੀ ਤੁਹਾਡਾ ਮਨ, ਤੁਹਾਡਾ ਦਿਮਾਗ ਜੋ ਹੈ ਉਦੋਂ ਤੱਕ ਡਿਵੈਲਪ ਹੋਇਆ ਹੁੰਦਾ ਹੈ, ਉਹਨੂੰ ਵਰਤ ਕੇ ਤੁਸੀਂ ਉਸ ਮੁਸੀਬਤ ਦੇ ਵਿੱਚੋਂ ਨਿਕਲ ਸਕਦੇ ਹੋ। ਜੇ ਤੁਸੀਂ ਅੱਜ ਤੱਕ, ਜਾਂ ਕਹਿ ਲਓ ਕਿ ਮੁਸੀਬਤ ਆਉਣ ਵੇਲੇ ਤੱਕ ਕੁਝ ਸਿੱਖਿਆ ਹੀ ਨਹੀਂ, ਕੁਝ ਆਪਣੇ ਦਿਮਾਗ ਨੂੰ ਉਹਨਾਂ
ਲੈਵਲਾਂ ਤੱਕ ਪਹੁੰਚਾਇਆ ਹੀ ਨਹੀਂ, ਉਹਨਾਂ ਪੱਧਰਾਂ ਤੱਕ ਪਹੁੰਚਾਇਆ ਹੀ ਨਹੀਂ ਕਿ ਉਹ ਸੋਚ ਕੇ ਉਸ ਮੁਸ਼ਕਲ ਦਾ ਹੱਲ ਕੱਢ ਸਕੇ, ਤਾਂ ਫਿਰ ਉਸ ਮੁਸ਼ਕਲ ਦੀ ਘੜੀ ਦੇ ਵਿੱਚ ਹੀ ਬੰਦਾ ਫਸਿਆ ਰਹਿ ਜਾਂਦਾ। ਇਸ ਲਈ ਕਹਿੰਦੇ ਨੇ ਕਿ ਉਹ ਲਿਖ ਪਰਮਾਤਮਾ ਦੇ ਨਿਯਮਾਂ ਨੂੰ ਸਮਝ, ਆਪਣੇ ਅੰਦਰਲੇ ਪਰਮਾਤਮਾ ਨੂੰ ਪਛਾਣ, ਤਾਂ ਕਿ ਮੁਸ਼ਕਲ ਦੀ ਘੜੀ ਆਉਣ 'ਤੇ ਤੂੰ ਉਹਨਾਂ ਨਿਯਮਾਂ ਨੂੰ ਵਰਤ ਸਕੇ, ਤੂੰ ਉਸ ਅਕਲ ਨੂੰ ਵਰਤ ਕੇ ਉਸ ਮੁਸੀਬਤ ਦੇ ਵਿੱਚੋਂ ਨਿਕਲ ਸਕੇ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿਕੇ ਨਿਕਲ ਹੈ ਜਿਨ ਮਨ ਸਾਚਾ ਨਾਉ, ਕਰਮ ਮਿਲੈ ਤਾਂ ਪਾਈਐ ਨਾਹੀ ਗਲਵਾਓ ਦੁਆਓ। ਕਿ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਕਿ ਜਿਹੜੇ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਅਤੇ ਉਹ ਉਸ ਪਰਮਾਤਮਾ ਦੇ ਨਾਲ ਜੁੜਦਾ ਹੈ, ਜਿਹੜਾ ਮਨੁੱਖ ਆਪਣੇ ਅੰਦਰਲੇ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਹਦੇ ਮੁਖ ਦੇ ਉੱਤੇ ਸਦਾ ਹੀ ਖੁਸ਼ੀਆਂ ਅਤੇ ਸਦਾ ਹੀ ਚਾਓ ਆਨੰਦ ਜਿਹੜਾ ਹੈ ਬਣਿਆ ਰਹਿੰਦਾ ਹੈ। ਮੁਸੀਬਤ ਦੀ ਘੜੀ ਦੇ ਵਿੱਚ ਵੀ ਉਹਦੇ ਮੁਖ ਉੱਤੇ ਕਿਸੇ ਤਰ੍ਹਾਂ ਦਾ ਕੋਈ ਚਿੰਤਾ ਜੋ ਹੈ ਉਹ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਉਹ ਪਰਮਾਤਮਾ ਮੇਰੇ ਨਾਲ ਹੈ, ਉਹ ਮੈਨੂੰ ਰਾਹ ਵਿਖਾਉਣ ਵਾਲਾ ਮੇਰੇ ਨਾਲ ਹੈ ਅਤੇ ਸਦਾ ਨਾਲ ਹੈ, ਉਹ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਲਵੇਗਾ। ਜੋ ਪਰਮਾਤਮਾ ਜੋ ਆਪਣੇ ਅੰਦਰ ਹੁੰਦਾ ਹੈ ਉਹਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਉਹਨੂੰ ਪਛਾਣ ਲੈਂਦੇ ਹਾਂ ਤਾਂ ਫਿਰ ਸਾਨੂੰ ਮੁਸੀਬਤਾਂ ਦੇ ਵਿੱਚ ਆਪਣੇ ਆਪ ਰਾਹ ਲੱਭਦੇ ਨੇ। ਤਾਂ ਇੱਥੇ ਉਹੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਛਾਣ ਲਿਆ ਹੈ ਉਹ ਕਿਸੇ ਵੀ ਮੁਸੀਬਤ ਦੇ ਸਮੇਂ ਜਾਂ ਕਿਸੇ ਵੀ ਜਦੋਂ ਲੇਖਾ ਲੈਣ ਦਾ ਟਾਈਮ ਆਉਂਦਾ ਹੈ ਉਦੋਂ ਉਹ ਡੋਲਦੇ ਨਹੀਂ, ਬਲਕਿ ਉਸ ਪਰਮਾਤਮਾ ਦੀ ਹੈਲਪ ਦੇ ਨਾਲ ਜਾਂ ਉਹਦੀ ਮਿਹਰ ਦੇ ਨਾਲ ਉਸ ਮੁਸੀਬਤ ਦੇ ਵਿੱਚੋਂ ਲੰਘ ਜਾਂਦੇ ਨੇ। ਅਤੇ ਆਖਰੀ ਪੰਕਤੀ ਜੋ ਸੀ ਕਿ ਕਰਮ ਮਿਲੇ ਤਾਂ ਪਾਈਐ ਨਾ ਹੀ ਗਲੀ ਵਾਓ ਦੁਆਓ, ਕਿ ਜਦੋਂ ਉਸ ਪਰਮਾਤਮਾ ਦੀ ਮਿਹਰ ਹੁੰਦੀ ਹੈ ਜਾਂ ਜੇ ਅਸੀਂ ਉਸ ਪਰਮਾਤਮਾ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਤਾਂ ਹੀ ਉਸ ਪਰਮਾਤਮਾ ਨੂੰ ਪਾਉਂਦੇ ਹਾਂ। ਅਦਰਵਾਈਜ਼ ਜਿਹੜੀਆਂ ਹਵਾਈ ਗੱਲਾਂ ਨੇ, ਫਜ਼ੂਲ ਗੱਲਾਂ ਨੇ, ਜਿੱਦਾਂ ਤਪ ਜਪ ਕਰ ਲਈਏ, ਇਹਨਾਂ ਚੀਜ਼ਾਂ ਨਾਲ ਪਰਮਾਤਮਾ ਨਹੀਂ ਮਿਲਦਾ। ਇੱਕ ਆਵੈ ਇੱਕ ਜਾਏ ਉੱਠ ਰੱਖੀਐ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਵਿਣ ਨਾਵੈ ਬੇਕਾਰ। ਕਿ ਇੱਕ ਆਵੈ ਇੱਕ ਜਾਏ ਉੱਠ ਰੱਖੀਐ ਨਾਮ ਸਲਾਰ, ਕਿ ਇਸ ਸੰਸਾਰ ਦੇ ਵਿੱਚ ਬੇਅੰਤ ਹੀ ਜੀਵ, ਹਰ ਰੋਜ਼ ਹਰ ਦਿਨ ਹਰ ਸੈਕਿੰਡ ਬੇਅੰਤ ਜੀਵ ਪੈਦਾ ਹੁੰਦੇ ਨੇ ਅਤੇ ਬੇਅੰਤ ਹੀ ਜੀਵ ਇਸ ਦੁਨੀਆ ਦੇ ਉੱਤੋਂ ਚਲੇ ਜਾਂਦੇ ਨੇ ਆਪਣਾ ਜੀਵਨ ਸਫ਼ਰ ਮੁਕਾ ਕੇ। ਕਈਆਂ ਦੇ ਬੜੇ ਵੱਡੇ ਵੱਡੇ ਨਾਮ ਰੱਖੇ ਜਾਂਦੇ ਨੇ, ਕਈ ਮੰਗਤੇ ਹੀ ਪੈਦਾ ਹੁੰਦੇ ਨੇ, ਮੰਗਤੇ ਹੀ ਚਲੇ ਜਾਂਦੇ ਨੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਨੇ। ਪਰ ਉਹ ਕਹਿੰਦੇ ਕਿ ਇਹ ਸਾਰੇ ਕੁਛ ਦਾ ਫੈਸਲਾ ਜਿਹੜਾ ਹੈ ਉਹ ਅੰਤਲੀ ਘੜੀ ਦੇ ਵਿੱਚ ਹੁੰਦਾ ਹੈ। ਜਦੋਂ ਬੰਦਾ ਮਰਨ ਕਿਨਾਰੇ ਪਿਆ ਹੁੰਦਾ ਹੈ ਉਦੋਂ ਉਹ ਬੰਦੇ ਦਾ ਜਿਹੜਾ ਹੈ ਕਿ ਅੱਗੇ ਗਿਆ ਜਾਣੀਐ ਵਿਣ ਨਾਵੈ ਬੇਕਾਰ, ਕਿ ਉਦੋਂ ਉਹ ਬੰਦਾ ਹਰ ਬੰਦਾ ਸੋਚਦਾ ਹੈ ਕਿ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਵਿਅਰਥ ਹੈ। ਕਿਉਂਕਿ ਕਿਸੇ ਵੀ ਦੋ ਇਨਸਾਨਾਂ ਦੀਆਂ ਜਾਂ ਦੋ ਜੀਵਾਂ ਦੀਆਂ ਆਰਥਿਕ ਸਮਾਜਿਕ ਸਥਿਤੀਆਂ ਨੇ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ, ਉਹਨਾਂ ਦੇ ਵਿੱਚ ਬੜੇ ਵਖਰੇਵੇਂ ਹੋ ਸਕਦੇ ਨੇ, ਬੜੇ ਹੀ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਮਨੁੱਖ ਜਿਹੜੇ ਆ ਉਹ ਪਾਏ ਜਾਂਦੇ ਆ। ਕਈ ਜਿਸ ਤਰ੍ਹਾਂ ਕਿ ਲਿਖਿਆ ਹੈ ਕਿ ਕਈ ਮੰਗਤੇ ਹੀ ਪੈਦਾ ਹੁੰਦੇ ਨੇ, ਸੜਕਾਂ 'ਤੇ ਹੀ ਪੈਦਾ ਹੁੰਦੇ ਨੇ ਅਤੇ ਉੱਥੇ ਹੀ ਉਹ ਆਪਣਾ ਜੀਵਨ ਬਤੀਤ ਕਰਕੇ
ਉੱਥੇ ਹੀ ਮਰ ਜਾਂਦੇ ਨੇ ਅਤੇ ਕਈ ਵੱਡੇ ਵੱਡੇ ਦਰਬਾਰਾਂ 'ਚ ਵੱਡੇ ਵੱਡੇ ਸਰਦਾਰਾਂ ਦੇ ਘਰ ਪੈਦਾ ਹੁੰਦੇ ਨੇ ਅਤੇ ਸਾਰੀ ਜ਼ਿੰਦਗੀ ਐਸ਼ੋ ਆਰਾਮ ਦੀ ਕੱਟ ਕੇ ਅਤੇ ਉਹ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਪਰ ਜਾਣਾ ਹੈ, ਇੱਕ ਦਿਨ ਹਰ ਬੰਦੇ ਨੇ ਜਾਣਾ ਹੀ ਹੈ। ਅੰਤ ਵੇਲੇ ਕਿਸੇ ਨੇ ਕੁਝ ਵੀ ਨਾਲ ਨਹੀਂ ਲੈ ਜਾਣਾ। ਅੰਤ ਵੇਲੇ ਹਰ ਮਨੁੱਖ ਦੇ ਦਿਮਾਗ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦੇ ਨੇ ਕਿ ਉਹਨੇ ਸਾਰੀ ਜ਼ਿੰਦਗੀ ਕੀ ਕੀਤਾ। ਤਾਂ ਇੱਕ ਜੋ ਗਰੀਬ ਇਨਸਾਨ ਹੈ, ਜੋ ਮਿਹਨਤ ਮੁਸ਼ੱਕਤ ਕਰਕੇ ਜਿਹਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ, ਉਹਦੇ ਮਨ ਦੇ ਵਿੱਚ ਸਕੂਨ ਹੋਵੇਗਾ। ਉਹਨੂੰ ਲੱਗੇਗਾ ਕਿ ਉਹ ਕਿਸੇ ਬਹੁਤ ਛੋਟੀ ਥਾਂ ਤੋਂ ਕਹਿ ਲਈਏ ਕਿ ਉੱਠ ਕੇ ਕਿਤੇ ਪਹੁੰਚਿਆ ਹੈ, ਤਾਂ ਉਹਨੇ ਕੁਛ ਹਾਸਲ ਕੀਤਾ ਹੈ। ਉਸਨੇ ਉਸ ਪਰਮਾਤਮਾ ਦੀ ਮਦਦ ਦੇ ਨਾਲ, ਉਹ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਿਹਾ ਹੈ। ਅਤੇ ਉੱਥੇ ਹੀ ਇੱਕ ਅਮੀਰ ਇਨਸਾਨ ਹੈ ਜਿਸਨੇ ਸਾਰੀ ਜ਼ਿੰਦਗੀ ਇਕੱਲੀ ਐਸ਼ੋ ਆਰਾਮ ਕੀਤੀ ਹੈ, ਕੋਈ ਮਿਹਨਤ ਨਹੀਂ ਕੀਤੀ ਹੈ। ਉਹ ਵੀ ਸੋਚਦਾ ਹੋਵੇਗਾ ਕਿ ਮੈਂ ਸਾਰੀ ਜ਼ਿੰਦਗੀ ਜਿਹੜੀ ਹੈ ਇੱਦਾਂ ਹੀ ਵਿਅਰਥ ਗਵਾ ਦਿੱਤੀ। ਮੈਂ ਜਿੱਦਾਂ ਪੈਦਾ ਹੋਇਆ ਮੈਂ ਉੱਦਾਂ ਹੀ ਚਲਾ ਗਿਆ, ਮੈਂ ਕੁਝ ਜ਼ਿੰਦਗੀ ਦੇ ਵਿੱਚ ਹਾਸਿਲ ਨਹੀਂ ਕੀਤਾ, ਕੋਈ ਐਸੀ ਛਾਪ ਨਹੀਂ ਛੱਡੀ ਜਿਸ ਨੂੰ ਕਿ ਲੋਕ ਯਾਦ ਕਰਨ। ਤਾਂ ਇਹੀ ਇਹਨਾਂ ਪੰਕਤੀਆਂ ਦੇ ਵਿੱਚ ਕਹਿਣਾ ਚਾਹੁੰਦੇ ਨੇ ਕਿ ਜੇ ਤੁਸੀਂ ਜਿੱਦਾਂ ਦੇ ਪੈਦਾ ਹੋਏ ਹੋ ਉੱਦਾਂ ਦੇ ਹੀ ਚਲੇ ਜਾਂਦੇ ਹੋ, ਆਪਣੇ ਦਿਮਾਗ ਦਾ ਕੋਈ ਵਿਕਾਸ ਹੀ ਨਹੀਂ ਕੀਤਾ ਜਾਂ ਆਪਣੇ ਸਰੀਰ ਦਾ ਕੋਈ ਵਿਕਾਸ ਹੀ ਨਹੀਂ ਕੀਤਾ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣਾ ਜਿਹੜਾ ਜੀਵਨ ਹੈ ਉਹ ਵਿਅਰਥ ਗਵਾ ਲਿਆ ਹੈ। ਅਤੇ ਉੱਥੇ ਹੀ ਜੇਕਰ ਤੁਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋਏ, ਉਹਦੇ ਨਿਯਮਾਂ ਦਾ ਗਿਆਨ ਹਾਸਲ ਕਰਦੇ ਹੋਏ ਅਤੇ ਅੱਗੇ ਵੀ ਲੋਕਾਂ ਨੂੰ ਗਿਆਨ ਵੰਡਦੇ ਹੋਏ ਕੁਝ ਆਪਣੇ ਆਪ ਨੂੰ ਵਿਕਸਿਤ ਕਰਕੇ ਇਸ ਦੁਨੀਆ ਤੋਂ ਚਲੇ ਜਾਂਦੇ ਹੋ, ਤਾਂ ਉਹ ਜੀਵਨ ਸਫਲਾ ਜੀਵਨ ਮੰਨਿਆ ਜਾਂਦਾ ਹੈ, ਉਹ ਇੱਕ ਆਲਸੀ ਜੀਵਨ ਨਹੀਂ ਮੰਨਿਆ ਜਾਂਦਾ। ਭੈ ਤੇਰਾ ਡਰ ਅਗਲਾ ਖਪ ਖਪ ਛਿੱਜੈ ਦੇ, ਨਾਭ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇ। ਇੱਥੇ ਕਹਿੰਦੇ ਨੇ ਕਿ ਜੇ ਇੱਕ ਇਨਸਾਨ ਉਸ ਪ੍ਰਭੂ ਤੋਂ ਦੂਰ ਰਹਿੰਦਾ ਹੈ, ਉਸ ਪਰਮਾਤਮਾ ਤੋਂ ਦੂਰ ਰਹਿੰਦਾ ਹੈ, ਅਤੇ ਜਿੰਨਾ ਦੂਰ ਰਹਿੰਦਾ ਹੈ ਉਨੇ ਹੀ ਉਹਦੇ ਮਨ ਦੇ ਵਿੱਚ ਜਿਹੜੇ ਮਾਇਆ ਰੂਪੀ ਵਿਕਾਰ ਨੇ ਅਤੇ ਹੋਰ ਤਰ੍ਹਾਂ ਦੇ ਵਿਕਾਰ ਨੇ, ਜਿੱਦਾਂ ਲੋਭ ਮੋਹ ਹੰਕਾਰ, ਇਹ ਸਾਰੇ ਵਿਕਾਰ ਨੇ ਜਿਹੜੇ ਉਹ ਉਸਦੇ ਮਨ ਅੰਦਰ ਘਰ ਕਰਦੇ ਰਹਿੰਦੇ ਨੇ, ਅਤੇ ਉਨਾ ਹੀ ਉਹ ਹੋਰ ਉਸ ਪਰਮਾਤਮਾ ਤੋਂ ਦੂਰ ਹੁੰਦਾ ਰਹਿੰਦਾ ਹੈ, ਅਤੇ ਉਹਨਾਂ ਵਿਕਾਰਾਂ ਦੇ ਵਿੱਚ ਖੱਪ ਖੱਪ ਕੇ ਖਿੱਜ ਖਿੱਜ ਕੇ ਜੋ ਹੈ ਉਹਦਾ ਸਰੀਰ ਉਹ ਢਲਦਾ ਰਹਿੰਦਾ ਹੈ। ਕਿਉਂਕਿ ਜਿੰਨਾ ਇਨਸਾਨ ਵਿਕਾਰਾਂ ਦੇ ਵਿੱਚ ਫਸਦਾ ਹੈ ਉਨੀਆਂ ਹੀ ਮਨ ਨੂੰ ਚਿੰਤਾਵਾਂ ਵੱਧਦੀਆਂ ਨੇ, ਜਿੰਨਾ ਉਹ ਉਸ ਮੋਹ ਮਾਇਆ ਦੇ ਚੱਕਰਾਂ 'ਚ ਪੈਂਦਾ ਹੈ ਕਿ ਮੈਂ ਇਹ ਹਾਸਲ ਕਰਨਾ ਹੈ, ਮੈਂ ਉਹ ਹਾਸਲ ਕਰਨਾ ਹੈ। ਜਿਹੜੇ ਦੁਨਿਆਵੀ ਪਦਾਰਥ ਨੇ, ਜਿੰਨਾ ਇਨਸਾਨ ਉਹਨਾਂ ਦੁਨਿਆਵੀ ਪਦਾਰਥਾਂ ਵੱਲ ਨੂੰ ਭਜਦਾ ਹੈ ਉਨੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ, ਅਤੇ ਚਿੰਤਾਵਾਂ ਜਿਹੜੀਆਂ ਨੇ ਸਰੀਰ ਦਾ ਨਾਸ਼ ਕਰ ਦਿੰਦੀਆਂ ਨੇ। ਹੁਣ ਜੇ ਆਪਾਂ ਉਦਾਹਰਣ ਦੇ ਤੌਰ 'ਤੇ ਵੇਖੀਏ, ਇੱਕ ਮਨੁੱਖ ਜਿਹੜਾ ਹੈ ਜਿਉਂ ਜਿਉਂ ਵੱਡਾ ਹੁੰਦਾ ਜਾਂਦਾ ਹੈ ਉਹਦਾ ਸਰੀਰ ਕਰੂਪ ਹੁੰਦਾ ਜਾਂਦਾ ਹੈ। ਜਵਾਨੀ ਵੇਲੇ ਜੋ ਮਨੁੱਖ ਬੜਾ ਸੋਹਣਾ ਸੁਨੱਖਾ ਹੁੰਦਾ ਸੀ, ਬੁਢਾਪੇ ਵੇਲੇ ਉਹ ਬਹੁਤ ਹੀ ਕਰੂਪ ਹੋ ਜਾਂਦਾ ਹੈ, ਬਿਲਕੁਲ ਵੀ ਸੋਹਣਾ ਨਹੀਂ ਰਹਿੰਦਾ, ਸਰੀਰ 'ਤੇ ਝੁਰੜੀਆਂ ਪੈ ਜਾਂਦੀਆਂ ਨੇ, ਸਰੀਰ ਢਲ ਜਾਂਦਾ ਹੈ। ਉੱਥੇ ਹੀ ਜੇ ਆਪਾਂ ਦੇਖੀਏ ਪਸ਼ੂਆਂ ਨੂੰ, ਤਾਂ ਉਹ ਬੇਸ਼ੱਕ ਕਿੰਨੇ ਵੀ ਬੁੱਢੇ ਹੋ ਜਾਣ, ਉਹਨਾਂ ਦਾ ਰੂਪ ਜੋ ਹੈ ਉਹ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਿਹਾ ਕਿ ਉਹ ਆਪਦੀ ਜਵਾਨੀ ਵੇਲੇ ਹੁੰਦੇ ਨੇ। ਤਾਂ ਪਸ਼ੂਆਂ ਦਾ ਰੂਪ ਜੋ ਹੈ ਉਹ ਢਲਦਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਤੱਕ ਮਤਲਬ ਨਹੀਂ ਹੈ, ਉਹ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਜੋ ਖਾਣ ਨੂੰ ਮਿਲ ਜਾਵੇ ਖਾ ਲੈਂਦੇ ਨੇ, ਜੋ
ਜਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨ ਨੂੰ ਮਿਲੇ, ਝੱਖੜਾਂ ਦੇ ਵਿੱਚ ਵੀ ਉਦਾਂ ਹੀ ਆਪਦੇ ਆਪ ਨੂੰ ਬਚਾ ਲੈਂਦੇ ਨੇ, ਆਪਦਾ ਜੀਵਨ ਬਤੀਤ ਕਰ ਜਾਂਦੇ ਨੇ। ਹਰ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਕਿਸੇ ਵੀ ਭੂ ਪਦਾਰਥਾਂ ਦੇ ਵੱਲ ਜਿਹੜਾ ਹੈ ਉਹ ਨਹੀਂ ਭੱਜਦੇ, ਇਸ ਕਰਕੇ ਉਹਨਾਂ ਦਾ ਸਰੀਰ ਜੋ ਹੈ ਕਹਿ ਸਕਦੇ ਹਾਂ ਕਿ ਜਿਉਂਦਾ ਤਿਉਂ ਰਹਿੰਦਾ ਹੈ। ਜੇ ਮਨੁੱਖ ਦਾ ਸਰੀਰ ਆਪਾਂ ਕਹੀਏ ਕਿ 100% ਟਲ ਜਾਂਦਾ ਹੈ, ਤਾਂ ਪਸ਼ੂਆਂ ਦੇ ਵਿੱਚ ਉਹ ਪਰਸੈਂਟੇਜ ਜਿਹੜੀ ਹੈ ਉਹ 10% ਹੀ ਹੈ ਕਿ ਉਹਨਾਂ ਦਾ ਸਰੀਰ ਬੁਢਾਪੇ ਦੇ ਨਾਲ, ਉਮਰ ਦੇ ਨਾਲ 10% ਜਵਾਨੀ ਦੇ ਮੁਕਾਬਲੇ 'ਚ ਟਲ ਜਾਂਦਾ ਹੈ, ਪਰ ਉਹ ਕਰੂਪ ਨਹੀਂ ਹੁੰਦੇ। ਅਤੇ ਇਹੀ ਕਹਿੰਦੇ ਨੇ ਕਿ ਦੁਨਿਆਵੀ ਵਿਕਾਰਾਂ ਦੇ ਵਿੱਚ ਫਸ ਫਸ ਕੇ ਮਨੁੱਖ ਦਾ ਸਰੀਰ ਜੋ ਹੈ ਉਹ ਢਲਦਾ ਰਹਿੰਦਾ ਹੈ। ਅਤੇ ਬੇਸ਼ੱਕ ਕੋਈ ਖਾਨ ਸੁਲਤਾਨ ਹੋਏ ਨੇ, ਵੱਡੇ ਵੱਡੇ ਦਰਬਾਰੀ ਹੋਏ ਨੇ, ਰਾਜੇ ਮਹਾਰਾਜੇ ਹੋਏ ਨੇ, ਇੱਕ ਦਿਨ ਉਹਨਾਂ ਨੇ ਖੇ ਹੋ ਹੀ ਜਾਣਾ ਹੈ। ਇੱਕ ਦਿਨ ਉਹਨਾਂ ਨੇ ਸਭ ਨੇ ਆਪਣੇ ਪਦਾਰਥਾਂ ਨੂੰ ਇੱਥੇ ਹੀ ਛੱਡ ਕੇ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਉਸ ਸਮੇਂ, ਆਖਰੀ ਸਮੇਂ ਦੇ ਦੌਰਾਨ ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਸੱਚਾ ਸਾਥੀ ਹੁੰਦਾ ਹੈ। ਇਹ ਦੁਨਿਆਵੀ ਝੂਠੇ ਮੋਹ ਪਿਆਰ ਜਿਹੜੇ ਨੇ ਉਹ ਕੰਮ ਨਹੀਂ ਆਉਂਦੇ, ਕਿਉਂਕਿ ਮੋਹ ਦੇ ਵਿੱਚ ਫਸੇ ਹੋਏ ਮਨੁੱਖ ਨੂੰ ਆਖਰੀ ਸਮੇਂ ਦੇ ਦੌਰਾਨ ਵੀ ਇਹ ਚਿੰਤਾ ਹੀ ਰਹਿੰਦੀ ਹੈ ਕਿ ਹੁਣ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਚਲਾ ਜਾਵਾਂਗਾ, ਪਤਾ ਨਹੀਂ ਮੇਰੇ ਬਾਅਦ ਮੇਰੇ ਪਰਿਵਾਰ ਦਾ ਕੀ ਹੋਵੇਗਾ। ਜਦਕਿ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਡੁੱਬੇ ਹੋਏ ਮਨੁੱਖ ਨੂੰ ਇਹ ਚਿੰਤਾ ਨਹੀਂ ਹੁੰਦੀ, ਉਸਨੂੰ ਉਹਦੇ ਅੰਦਰ ਇੱਕ ਆਨੰਦ ਹੁੰਦਾ ਹੈ, ਉਹਦੇ ਅੰਦਰ ਇੱਕ ਵੱਖਰਾ ਹੀ ਠਹਿਰਾਓ ਹੁੰਦਾ ਹੈ ਕਿ ਉਹ ਘੜੀ ਆ ਗਈ ਹੈ, ਪਰਮਾਤਮਾ ਦੇ ਸੱਦੇ 'ਤੇ ਅਸੀਂ ਇਸ ਦੁਨੀਆ 'ਤੇ ਆਏ ਸਾਂ ਅਤੇ ਹੁਣ ਉਹਦਾ ਬੁਲਾਵਾ ਆ ਗਿਆ ਹੈ, ਤਾਂ ਇਸ ਦੁਨੀਆ ਤੋਂ ਜਾਣ ਦਾ ਸਮਾਂ ਹੈ। ਉਹਨੂੰ ਉਹ ਮੋਹ ਰੂਪੀ ਜਿਹੜਾ ਵਿਕਾਰ ਹੈ ਉਹ ਤੰਗ ਨਹੀਂ ਕਰਦਾ। ਅੱਗੇ ਚੱਲਦੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਛੱਤੀ ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ, ਬਾਬਾ ਹੋਰ ਖਾਣਾ ਖੁਸੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾਉ। ਇੱਥੇ ਕਹਿੰਦੇ ਨੇ ਕਿ ਜੇ ਸਾਡਾ ਮਨ ਉਸ ਪ੍ਰਭੂ ਦੀ ਯਾਦ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨਾਲ ਜੁੜਨ ਲੱਗੇ, ਤਾਂ ਇਹ ਸਮਝ ਲਓ ਕਿ ਸਾਨੂੰ 36 ਤਰ੍ਹਾਂ ਦੇ ਭੋਜਨਾਂ ਦਾ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਉਦਾਹਰਣਾਂ ਦੇ ਤੌਰ 'ਤੇ ਕਹਿੰਦੇ ਨੇ ਕਿ ਜੇ ਅਸੀਂ ਉਸ ਪ੍ਰਭੂ ਦੀ ਯਾਦ ਵਿੱਚ ਜੁੜ ਜਾਈਏ ਤਾਂ ਸਾਨੂੰ ਦੁਨੀਆ ਦੇ ਮਿੱਠੇ ਪਦਾਰਥਾਂ ਦਾ ਸਵਾਦ ਆਉਂਦਾ ਹੈ। ਜੇ ਜਿਹੜੇ ਸੁਰਤੀ ਹੈ, ਜਿਹੜਾ ਮਨ ਹੈ ਉਹ ਉਹਦੇ ਨਾਮ ਨਾਲ ਜੁੜਨ ਲੱਗੇ ਤਾਂ ਸਾਨੂੰ ਲੂਣ ਵਾਲੇ ਪਦਾਰਥਾਂ ਦਾ ਸਵਾਦ ਆਉਣ ਲੱਗਦਾ ਹੈ। ਮੂੰਹ ਨਾਲ ਜੇ ਅਸੀਂ ਪਰਮਾਤਮਾ ਦਾ ਨਾਮ ਉਚਾਰਦੇ ਹਾਂ ਤਾਂ ਉਹਨੂੰ ਖੱਟੇ ਸਵਾਦ ਵਾਲੇ ਪਦਾਰਥਾਂ ਦਾ ਜਿਹੜਾ ਸਵਾਦ ਹੈ ਉਹ ਸਮਝੋ। ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਕਰਦੇ ਹਾਂ, ਉਹਦਾ ਕੀਰਤਨ ਕਰਦੇ ਹਾਂ, ਉਹਨੂੰ ਮਸਾਲਿਆਂ ਵਾਲਾ ਸਵਾਦ ਸਮਝੋ। ਤਾਂ ਇਸ ਤਰ੍ਹਾਂ ਕਿ ਜਿਵੇਂ ਅਸੀਂ ਪੂਰੀ ਤਰ੍ਹਾਂ ਨਾਲ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਾਂ ਤਾਂ ਉਹ ਇੱਕ 36 ਤਰ੍ਹਾਂ ਦੇ ਭੋਜਨਾਂ ਦੀ ਸਵਾਦ ਦੇ ਬਰਾਬਰ ਹੈ। ਅਤੇ ਰਹਾਓ ਵਾਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਪਦਾਰਥ ਖਾਣ ਦੇ ਨਾਲ ਸਰੀਰ ਰੋਗੀ ਹੋ ਜਾਂਦਾ ਹੈ। ਹੁਣ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਨਸ਼ੇ ਇਸ ਸੰਸਾਰ ਦੇ ਵਿੱਚ ਪਸਰੇ ਹੋਏ ਨੇ, ਉਹ ਨਸ਼ੇ ਜਿਹੜਾ ਹੈ ਇਨਸਾਨ ਸਵਾਦ ਦੇ ਲਈ ਕਰਦਾ। ਜਿਹੜੀ ਆਪਣੀ ਸਰੀਰ ਦੀ ਜ਼ਰੂਰਤ ਹੈ ਉਹਦੇ ਲਈ ਜੋ ਭੋਜਨ ਬਣਿਆ ਹੈ, ਉਸ ਤੋਂ ਇਲਾਵਾ ਜੇ ਅਸੀਂ ਕੁਝ ਖਾਂਦੇ ਹਾਂ ਤਾਂ ਉਹਦੇ ਨਾਲ ਕੀ ਹੈ, ਸਰੀਰ ਰੋਗੀ ਹੋ ਜਾਂਦਾ ਹੈ। ਜਿਹੜੇ ਨਸ਼ੇ ਨੇ ਉਹ ਸਾਡੇ ਸਰੀਰ ਦੀ ਜ਼ਰੂਰਤ ਨਹੀਂ ਨੇ, ਉਹ ਅਸੀਂ ਵਿਕਾਰਾਂ ਦੇ ਵਿੱਚ ਫਸ ਕੇ ਉਹਨਾਂ ਦੇ ਆਦੀ ਹੋ ਜਾਂਦੇ ਹਾਂ।
ਤਾਂ ਉਹਨਾਂ ਨਾਲ ਸਰੀਰ ਰੋਗੀ ਹੁੰਦਾ ਹੈ ਅਤੇ ਨਾਲ ਹੀ ਜਿਹੜਾ ਮਨ ਹੈ ਉਹਦੇ ਵਿੱਚ ਵੀ ਮੰਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਇੱਕ ਜੋ ਨਸ਼ੇੜੀ ਇਨਸਾਨ ਹੈ ਉਹਨੂੰ ਹੌਲੀ ਹੌਲੀ ਉਸ ਨਸ਼ੇ ਦੀ ਲਤ ਲੱਗਦੀ ਜਾਂਦੀ ਹੈ, ਆਦਤ ਪੈਂਦੀ ਜਾਂਦੀ ਹੈ ਅਤੇ ਜਿਉਂ ਜਿਉਂ ਉਹ ਆਦਤ ਵੱਧਦੀ ਹੈ ਤਿਵੇਂ ਤਿਵੇਂ ਉਹਦਾ ਮਨ ਹੋਰ ਵੀ ਜ਼ਿਆਦਾ ਗੰਦਾ ਅਤੇ ਮੰਦਾ ਹੁੰਦਾ ਜਾਂਦਾ ਹੈ। ਉਹਨੂੰ ਫਿਰ ਸਿਰਫ ਉਸ ਨਸ਼ੇ ਤੱਕ ਮਤਲਬ ਰਹਿ ਜਾਂਦਾ ਹੈ, ਉਹਨੂੰ ਆਪਦਾ ਪਰਿਵਾਰ, ਪਰਿਵਾਰ ਦੇ ਲੋਕਾਂ ਦਾ, ਆਸ ਪਾਸ ਦੀ ਜਿਹੜੇ ਜੀਵਨ ਜਾਂਚ ਹੈ ਉਹਦਾ ਸਾਰਾ ਖਿਆਲ ਭੁੱਲ ਜਾਂਦਾ ਹੈ। ਤਾਂ ਇਸ ਲਈ ਕਹਿੰਦੇ ਨੇ ਕਿ ਉਹਨਾਂ ਪਦਾਰਥਾਂ ਦੇ ਵਿੱਚ ਫਸੇ ਮਨੁੱਖ ਦਾ ਮਨ ਵੀ ਰੋਗੀ ਹੋ ਜਾਂਦਾ ਹੈ ਅਤੇ ਸਰੀਰ ਵੀ ਰੋਗੀ ਹੋ ਜਾਂਦਾ ਹੈ ਅਤੇ ਉਹ ਇਨਸਾਨ ਖੁਆਰ ਹੁੰਦਾ ਰਹਿੰਦਾ ਹੈ। ਰਤਾ ਪੈਨਨ ਮਨ ਰਤਾ ਸੁਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ, ਕਰਮ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪੈਨਨ ਖੁਸੀ ਖੁਆਰ, ਜਿੱਤ ਪੈਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾਓ। ਜਿਸ ਤਰ੍ਹਾਂ ਪਿਛਲੀਆਂ ਪੰਕਤੀਆਂ ਦੇ ਵਿੱਚ ਖਾਣ ਵਾਲੇ ਪਦਾਰਥਾਂ ਦੀ ਗੱਲ ਕੀਤੀ ਸੀ, ਉਸੇ ਤਰ੍ਹਾਂ ਇਹਨਾਂ ਪੰਕਤੀਆਂ ਦੇ ਵਿੱਚ ਪਹਿਨਣ ਵਾਲੇ ਪਦਾਰਥਾਂ ਦੀ ਜਾਂ ਪਹਿਨਣ ਵਾਲੇ ਕੱਪੜਿਆਂ ਦੀ, ਪੁਸ਼ਾਕਾਂ ਦੀ ਗੱਲ ਕੀਤੀ ਹੈ ਕਿ ਜਦੋਂ ਪ੍ਰਭੂ ਪ੍ਰੀਤ ਦੇ ਵਿੱਚ ਮਨ ਰੰਗਿਆ ਜਾਵੇ ਤਾਂ ਉਹਨੂੰ ਇੱਕ ਲਾਲ ਪੁਸ਼ਾਕ ਸਮਝੋ। ਜੇ ਅਸੀਂ ਦਾਨ ਪੁੰਨ ਕਰਦੇ ਹਾਂ, ਇੱਕ ਲੋੜਵੰਦਾਂ ਦੀ ਸੇਵਾ ਕਰਦੇ ਹਾਂ ਤਾਂ ਉਹਨੂੰ ਇੱਕ ਚਿੱਟੀ ਪੁਸ਼ਾਕ ਸਮਝੋ, ਅਤੇ ਆਪਣੇ ਮਨ ਦੇ ਵਿੱਚੋਂ ਜੇ ਅਸੀਂ ਵਿਕਾਰਾਂ ਰੂਪੀ ਕਾਲਖ ਜਿਹੜੀ ਹੈ ਉਹ ਕੱਟ ਦਈਏ, ਆਪਣੇ ਮਨ ਨੂੰ ਸਾਫ਼ ਕਰ ਲਈਏ ਤਾਂ ਉਹ ਇੱਕ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ ਦੇ ਚਰਨਾਂ ਦਾ ਜਿਹੜਾ ਧਿਆਨ ਹੈ ਉਹ ਯੋਗਾ ਹੈ, ਅਤੇ ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੋਇਆ ਹੈ। ਲੱਕ ਦੇ ਨਾਲ ਜਿਹੜਾ ਅਸੀਂ ਉਹ ਬੰਨ੍ਹਦੇ ਹਾਂ ਕੱਪੜਾ, ਉਹਨੂੰ ਕੀ ਕਹਿੰਦੇ ਕਿ ਅਸੀਂ ਸੰਤੋਖ ਨੂੰ ਉਹ ਕੱਪੜਾ ਬਣਾ ਲਿਆ, ਅਤੇ ਉਸ ਪ੍ਰਭੂ ਦਾ ਨਾਮ ਹੀ ਮੇਰਾ ਧਨ ਹੈ, ਉਹਦਾ ਨਾਮ ਹੀ ਮੇਰੀ ਜਵਾਨੀ ਹੈ। ਤਾਂ ਜਿਹੜੇ ਦੁਨਿਆਵੀ ਕੱਪੜੇ ਨੇ ਉਹਨਾਂ ਨਾਲ ਮਤਲਬ ਨਹੀਂ, ਉਹ ਜਿਸ ਤਰ੍ਹਾਂ ਦੇ ਵੀ ਹੋਣ, ਜੋ ਮਾਨਸਿਕ ਤੌਰ 'ਤੇ ਸਾਡੇ ਮਨ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ, ਤਾਂ ਅਸੀਂ ਹਰ ਵੇਲੇ ਰੰਗ ਬਿਰੰਗੇ ਕੱਪੜਿਆਂ ਦੇ ਵਿੱਚ ਅਤੇ ਵਧੀਆ ਕੁਆਲਿਟੀ ਦੇ ਕੱਪੜਿਆਂ ਦੇ ਵਿੱਚ ਸਮਝੋ ਕਿ ਵਸੇ ਹੋਏ ਹਾਂ, ਅਸੀਂ ਉਹ ਕੱਪੜੇ ਪਹਿਨੇ ਹੋਏ ਨੇ। ਉਹ ਕੱਪੜੇ ਨੇ ਜਿਹੜੇ ਸਾਡੇ ਮਨ ਨੂੰ ਸੁਖੀ ਰੱਖਦੇ ਨੇ। ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ ਫਿਰ ਕਹਿੰਦੇ ਨੇ ਕਿ ਜਿਹੜੇ ਕੱਪੜੇ ਪਹਿਨਣ ਦੇ ਨਾਲ ਸਰੀਰ ਦੁਖੀ ਹੋਵੇ ਅਤੇ ਮਨ ਵਿੱਚ ਭੈੜੇ ਖਿਆਲ ਤੁਰ ਪੈਣ, ਇਹੋ ਜਿਹੇ ਪਹਿਨਣਾ ਵੀ ਇੱਕ ਖੁਆਰ ਹੈ। ਹੁਣ ਇਹ ਕਿਸ ਤਰ੍ਹਾਂ ਹੈ, ਅੱਜ ਕੱਲ੍ਹ ਬੜੀ ਵਰਾਇਟੀ ਦੇ ਕੱਪੜੇ ਚੱਲ ਪਏ ਨੇ, ਬਹੁਤ ਬੜੇ ਹੀ ਤਰ੍ਹਾਂ ਦੇ। ਇੱਕ ਮਨੁੱਖ ਚਾਹਵੇ ਤਾਂ ਮੇਰਾ ਖਿਆਲ ਹੈ ਕਿ ਸਾਰੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਕੱਪੜੇ ਜਿਹੜੇ ਹੈ ਨਹੀਂ ਭੋਗ ਸਕਦਾ। ਜਿੱਦਾਂ ਹੀ ਅਸੀਂ ਕੁਝ ਨਵਾਂ ਕੱਪੜਾ ਖਰੀਦ ਲੈਂਦੇ ਹਾਂ ਅਤੇ ਅਸੀਂ ਆਪਣੇ ਆਸੇ ਪਾਸੇ ਵੇਖਦੇ ਹਾਂ, ਉਸ ਤੋਂ ਵਧੀਆ ਕੱਪੜਾ ਜੇ ਕਿਸੇ ਮਨੁੱਖ ਨੇ ਪਾਇਆ ਹੁੰਦਾ ਹੈ ਤਾਂ ਅਸੀਂ ਇੱਕ ਤਰ੍ਹਾਂ ਨਾਲ ਘੁੱਟਣ ਮਹਿਸੂਸ ਕਰਦੇ ਹਾਂ। ਖਾਸ ਕਰਕੇ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਦੇ ਵਿੱਚ ਜਿਸ ਤਰ੍ਹਾਂ ਬ੍ਰਾਂਡਡ ਕੱਪੜਿਆਂ ਦਾ ਰੁਝਾਨ ਚੱਲ ਰਿਹਾ ਹੈ, ਤਾਂ ਇੱਕ ਆਮ ਦੁਕਾਨ ਤੋਂ ਪਾਇਆ ਹੋਇਆ ਕੱਪੜਾ ਬੇਸ਼ੱਕ ਉਹ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ, ਜਦੋਂ ਨਾਲ ਵਾਲੇ ਕਿਸੇ ਨੇ, ਦੋਸਤ ਮਿੱਤਰ ਨੇ ਜਾਂ ਸਹੇਲੀ ਨੇ ਕੋਈ ਬ੍ਰਾਂਡਡ ਕੱਪੜਾ ਪਾਇਆ ਹੈ ਤਾਂ ਉਹ ਵੇਖ ਕੇ ਸਾਡੇ ਮਨ ਦੇ ਵਿੱਚ ਵੀ ਉਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ, ਅਸੀਂ ਆਪਣੇ ਆਪ ਨੂੰ ਛੋਟਾ ਸਮਝਣ ਲੱਗਦੇ ਹਾਂ। ਤਾਂ ਜੇ ਅਜਿਹਾ ਹੈ ਤਾਂ ਇਹ ਗੱਲ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਕਿ ਉਹ ਕੱਪੜਾ ਜੋ ਅਸੀਂ ਪਹਿਣ ਰੱਖਿਆ ਹੈ ਉਹ ਪਹਿਣ ਕੇ ਵੀ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਹੋਈ, ਉਹ ਪਹਿਣ ਕੇ ਵੀ ਸਾਡਾ ਮਨ ਦੁਖੀ ਹੈ ਅਤੇ ਉਹਦੇ ਵਿੱਚ ਹੋਰ ਭੈੜੇ ਭੈੜੇ ਖਿਆਲ ਆਉਂਦੇ ਨੇ।
ਤੇ ਇਹ ਖਿਆਲ ਜਿਹੜੇ ਨੇ ਸਾਡੇ ਮਨ ਨੂੰ ਸਾਡੇ ਸਰੀਰ ਨੂੰ ਖੁਆਰ ਹੀ ਕਰਦੇ ਨੇ। ਪਰ ਜਿਸ ਮਨੁੱਖ ਨੇ ਉਸ ਪਰਮਾਤਮਾ ਦੇ ਨਾਮ ਰੂਪੀ ਪੋਸ਼ਾਕਾਂ ਪਾਈਆਂ ਹੋਈਆਂ ਨੇ ਉਹਨੂੰ ਦੁਨਿਆਵੀ ਦੁੱਖ ਨਾਲ ਦਿੱਖ ਨਾਲ ਬਾਹਰੀ ਦਿੱਖ ਨਾਲ ਫਰਕ ਨਹੀਂ ਪੈਂਦਾ। ਉਹਦਾ ਮਨ ਬਿਲਕੁਲ ਸਾਦੇ ਕੱਪੜਿਆਂ ਦੇ ਵਿੱਚ ਵੀ ਬੜਾ ਸੰਤੁਸ਼ਟ ਰਹਿੰਦਾ ਹੈ। ਘੋੜੇ ਪਾਖਰ ਸੋਇਨੇ ਸਾਖਤ ਬੁੱਝਣ ਤੇਰੀ ਵਾਟ, ਤਰਕਸ਼ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ, ਵਾਜਾ ਨੇਜਾ ਪਤਸ ਪ੍ਰਗਟ ਕਰਮ ਤੇਰਾ ਮੇਰੀ ਜਾਤ, ਬਾਬਾ ਹੋਰ ਚੜ੍ਹਨਾ ਖੁਸੀ ਖੁਆਰ, ਜਿੱਤ ਚੜੀਐ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾਉ। ਇਹਨਾਂ ਪੰਕਤੀਆਂ ਦੇ ਵਿੱਚ ਹੋਰ ਦੁਨਿਆਵੀ ਪਦਾਰਥਾਂ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਜੇ ਮੇਰੇ ਕੋਲ ਮੈਂ ਤੇਰੇ ਚਰਨਾਂ ਦੇ ਨਾਲ ਜੁੜ ਜਾਵਾਂ ਅਤੇ ਤੇਰੇ ਬਖਸ਼ੇ ਹੋਏ ਜੀਵਨ ਜਾਂਚ ਨੂੰ ਸਮਝ ਲਵਾਂ ਤਾਂ ਉਹ ਮੇਰੇ ਲਈ ਇੱਕ ਸੋਨੇ ਦੇ ਗਹਿਣਿਆਂ ਦੇ ਬਰਾਬਰ ਹੈ ਅਤੇ ਸੋਨੇ ਦੇ ਗਹਿਣਿਆਂ ਅਤੇ ਸੋਨੇ ਦੀ ਹੀ ਕਾਠੀ ਉਸ ਘੋੜੇ ਉੱਤੇ ਜੇ ਮੈਂ ਪਾ ਕੇ ਸਵਾਰੀ ਕਰਾਂ ਤਾਂ ਉਹਦੇ ਬਰਾਬਰ ਹੈ ਤੇਰੇ ਨਾਮ ਦੇ ਵਿੱਚ ਜੁੜ ਕੇ ਇਸ ਜੀਵਨ ਨੂੰ ਜਿਉਣਾ ਕਿ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਇਸ ਜੀਵਨ ਨੂੰ ਬਤੀਤ ਕਰਨਾ ਮੇਰੇ ਲਈ ਸੋਨੇ ਦੀ ਕਾਠੀ ਵਾਲੇ ਘੋੜੇ ਦੀ ਸਵਾਰੀ ਦੇ ਬਰਾਬਰ ਹੈ ਅਤੇ ਤੇਰੀ ਸਿਫਤ ਸਲਾਹ ਕਰਨੀ, ਤੇਰੇ ਦਿੱਤੇ ਹੋਏ ਗਿਆਨ ਨੂੰ ਲੋਕਾਂ ਦੇ ਵਿੱਚ ਵੰਡਣਾ ਉਹ ਮੇਰੇ ਲਈ ਇੱਕ ਤੀਰ ਕਮਾਨ ਵਾਲਾ ਜੋ ਪੱਥਾ ਹੁੰਦਾ ਹੈ ਅਤੇ ਤਲਵਾਰਾਂ ਜੋ ਹਨ ਤਲਵਾਰ ਦਾ ਗਾਤਰਾ ਹੈ ਕਈ ਤਰ੍ਹਾਂ ਦੇ ਹਥਿਆਰਾਂ ਦੇ ਬਰਾਬਰ ਹੈ ਅਤੇ ਤੇਰੇ ਦਰ 'ਤੇ ਇੱਜ਼ਤ ਪ੍ਰਾਪਤ ਹੋਣੀ, ਤੇਰੇ ਦਰ 'ਤੇ ਇੱਜ਼ਤ ਦੇ ਨਾਲ ਇਸ ਦੁਨੀਆਂ ਦੇ ਵਿੱਚੋਂ ਚਲੇ ਜਾਣਾ ਮੇਰੇ ਲਈ ਇੱਕ ਵਾਜਾ ਅਤੇ ਨੇਜਾ ਉਹਦੇ ਬਰਾਬਰ ਹੈ। ਤਾਂ ਇੱਥੇ ਫਿਰ ਉਹੀ ਕਹਿ ਰਹੇ ਨੇ ਕਿ ਜਿਹੜਾ ਪਰਮਾਤਮਾ ਦਾ ਅਸਲੀ ਨਾਮ ਹੈ ਉਹਦੀ ਸਹੀ ਜੀਵਨ ਜਾਂਚ ਹੈ ਉਹਦੀ ਰਜ਼ਾ ਦੇ ਵਿੱਚ ਜੇ ਅਸੀਂ ਰਹਿੰਦੇ ਹਾਂ ਤਾਂ ਸਮਝ ਲਵੋ ਕਿ ਅਸੀਂ ਸਾਰੇ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਕਰ ਲਈ ਹੈ ਅਤੇ ਉੱਥੇ ਹੀ ਜਿਹੜਾ ਮਨ ਹੈ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਜੇ ਦੁਨਿਆਵੀ ਤੌਰ 'ਤੇ ਸਾਡੇ ਕੋਲ ਸਵਾਰੀ ਕਰਨ ਦੇ ਲਈ ਘੋੜਾ ਹੈ ਅਤੇ ਇੰਨੇ ਸਾਰੇ ਹਥਿਆਰ ਨੇ ਕੋਈ ਸੋਨਾ ਹੈ ਤਾਂ ਉਹਦੇ ਨਾਲ ਜਿਹੜਾ ਮਨ ਹੈ ਉਹ ਹੰਕਾਰ ਨਾਲ ਭਰ ਜਾਂਦਾ ਹੈ ਅਤੇ ਹੰਕਾਰ ਇੱਕ ਵਿਕਾਰ ਹੈ। ਤਾਂ ਫਿਰ ਉਹੀ ਗੱਲ ਕਹਿ ਰਹੇ ਨੇ ਕਿ ਜੋ ਦੁਨਿਆਵੀ ਪਦਾਰਥ ਨੇ ਉਹ ਸਾਨੂੰ ਵਿਕਾਰਾਂ ਵੱਲ ਨੂੰ ਲੈ ਕੇ ਜਾਂਦੇ ਨੇ ਜਦਕਿ ਪਰਮਾਤਮਾ ਦਾ ਨਾਮ ਜੋ ਹੈ ਉਹ ਸਾਨੂੰ ਆਨੰਦਤਾ ਵੱਲ ਨੂੰ ਲੈ ਕੇ ਜਾਂਦਾ ਹੈ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ, ਹੁਕਮ ਸੂਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ, ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ, ਬਾਬਾ ਹੋਰ ਸੋਨਾ ਖੁਸੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਹਾਉ। ਹੁਣ ਕਹਿੰਦੇ ਨੇ ਕਿ ਜਿਹੜੀ ਖੁਸ਼ੀ ਮੈਨੂੰ ਮਹਿਲ ਮਾੜੀਆਂ ਦੇ ਵਿੱਚ ਰਹਿ ਕੇ ਹੋਣੀ ਹੈ ਉਹੀ ਖੁਸ਼ੀ ਮੈਨੂੰ ਤੇਰਾ ਨਾਮ ਜਪਣ ਤੋਂ ਹੋ ਜਾਂਦੀ ਹੈ। ਉਸ ਪਰਮਾਤਮਾ ਦੀ ਮਿਹਰ ਦੀ ਜਿਹੜੀ ਨਜ਼ਰ ਹੈ ਉਹ ਮੇਰੇ ਲਈ ਆਪਣੇ ਪਰਿਵਾਰ ਨਾਲ ਰਹਿਣ ਦੀ ਖੁਸ਼ੀ ਹੈ। ਜੇ ਜਿਹੜੀ ਦੂਜਿਆਂ ਦੇ ਉੱਪਰ ਹੁਕਮ ਚਲਾਉਣ ਦੀ ਖੁਸ਼ੀ ਹੈ, ਦੂਜੇ ਲੋਕਾਂ ਤੋਂ ਜਿਹੜੇ ਸਭ ਮੇਰੇ ਅੰਡਰ ਲੋਕ ਨੇ, ਇੱਕ ਤਰ੍ਹਾਂ ਕਹਿ ਲਓ ਕਿ ਮੈਂ ਰਾਜਾ ਹਾਂ ਅਤੇ ਮੈਂ ਹੁਕਮ ਦਿੰਦਾ ਹਾਂ, ਮੇਰੇ ਜੋ ਨੌਕਰ ਚਾਕਰ ਨੇ ਜਾਂ ਮੇਰੀ ਸੈਨਾ ਹੈ ਉਹ ਮੇਰੇ ਉਹ ਹੁਕਮ ਮੰਨਦੀ ਹੈ, ਤਾਂ ਉਹ ਅਜਿਹਾ ਕਰਨ ਨਾਲ ਜਿਹੜੀ ਮੈਨੂੰ ਖੁਸ਼ੀ ਮਿਲਣੀ ਹੈ ਉਹ ਖੁਸ਼ੀ ਮੈਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਨਾਲ ਮਿਲ ਜਾਂਦੀ ਹੈ ਕਿ ਉਹ ਜਿਹੜਾ ਮੇਰੇ ਅੰਦਰ ਵੱਸਦਾ ਹੈ ਅਤੇ ਮੇਰੇ ਸਰੀਰ ਨੂੰ ਹੁਕਮ ਦਿੰਦਾ ਹੈ ਅਤੇ ਮੇਰਾ ਸਰੀਰ ਜੇ ਉਹਨਾਂ ਹੁਕਮਾਂ ਦੀ ਪਾਲਣਾ ਕਰ ਲਵੇ
ਤਾਂ ਉਹੀ ਮੇਰੇ ਲਈ ਦੂਜਿਆਂ ਉੱਤੇ ਹੁਕਮ ਚਲਾਉਣ ਦੇ ਬਰਾਬਰ ਦੀ ਖੁਸ਼ੀ ਹੈ। ਤੇ ਇਹ ਜਿਹੜੀ ਅੰਦਰੂਨੀ ਖੁਸ਼ੀ ਹੈ, ਇਹ ਉਸ ਪਰਮਾਤਮਾ ਦੇ ਨਾਲ ਜੋੜਦੀ ਹੈ, ਇਹ ਸਾਡੇ ਜੀਵਨ ਨੂੰ ਸਫਲ ਕਰਦੀ ਹੈ, ਨਾ ਕਿ ਦੁਨਿਆਵੀ ਖੁਸ਼ੀਆਂ। ਜਿਹੜੀਆਂ ਦੁਨਿਆਵੀ ਖੁਸ਼ੀਆਂ ਨੇ, ਐਸ਼ੋ ਆਰਾਮ ਹੈ, ਇਹ ਸਾਡੇ ਸਰੀਰ ਨੂੰ ਰੋਗੀ ਕਰਦਾ ਹੈ ਅਤੇ ਮਨ ਨੂੰ ਵੀ ਵਿਕਾਰਾਂ ਨਾਲ ਭਰ ਦਿੰਦਾ ਹੈ। ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 16ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਇਸ ਅੰਗ ਦੇ ਵਿੱਚ ਵੀ ਉਸ ਪਰਮਾਤਮਾ ਦੇ ਨਾਮ ਨੂੰ ਇੱਕ ਬਹੁਤ ਉੱਚਾ ਪੱਧਰ ਦਿੱਤਾ ਗਿਆ ਹੈ ਅਤੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹਦੀ ਸਿਫਤ ਸਲਾਹ ਕਰਨੀ, ਉਹਦਾ ਸਿਮਰਨ ਕਰਨਾ ਅਤੇ ਉਹਦੀ ਰਜ਼ਾ ਦੇ ਵਿੱਚ ਚੱਲਣ ਨਾਲ ਜਿਹੜੀ ਖੁਸ਼ੀ ਮਿਲਦੀ ਹੈ, ਉਹਦੀ ਤੁਲਨਾ ਦੁਨਿਆਵੀ ਖਾਣ ਪਹਿਨਣ ਅਤੇ ਭੋਗਣ ਦੇ ਪਦਾਰਥਾਂ ਦੇ ਨਾਲ ਕੀਤੀ ਗਈ ਹੈ। ਅਤੇ ਇਹ ਕਿਹਾ ਗਿਆ ਹੈ ਕਿ ਜੋ ਦੁਨਿਆਵੀ ਪਦਾਰਥ ਨੇ ਉਹ ਸਾਡੇ ਮਨ ਦੇ ਅੰਦਰ ਹੰਕਾਰ ਵਗੈਰਾ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰਦੇ ਨੇ ਅਤੇ ਸਾਡੇ ਸਰੀਰ ਨੂੰ ਵੀ ਰੋਗੀ ਕਰ ਦਿੰਦੇ ਨੇ, ਜਦਕਿ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਅਤੇ ਉਹਦੀ ਰਜ਼ਾ ਦੇ ਵਿੱਚ ਰਹਿਣ ਨਾਲ ਜੇ ਸਾਨੂੰ ਖੁਸ਼ੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਵੇ ਤਾਂ ਸਾਡਾ ਸਰੀਰ ਵੀ ਰੋਗਾਂ ਤੋਂ ਅਤੇ ਸਾਡਾ ਮਨ ਵੀ ਵਿਕਾਰਾਂ ਤੋਂ ਰਹਿਤ ਰਹਿੰਦਾ ਹੈ ਅਤੇ ਇਸ ਤਰ੍ਹਾਂ ਅਸੀਂ ਇੱਕ ਬੜਾ ਹੀ ਵਧੀਆ ਉੱਚ ਪੱਧਰ ਦਾ ਜੀਵਨ ਬਤੀਤ ਕਰ ਸਕਦੇ ਹਾਂ। ਨਾਲ ਹੀ ਕਹਿੰਦੇ ਨੇ ਕਿ ਜਿਹੜੇ ਇਹ ਦੁਨਿਆਵੀ ਪਦਾਰਥ ਨੇ ਉਹ ਬਿਲਕੁਲ ਆਖਰੀ ਸਮੇਂ ਤੱਕ ਤੁਹਾਡੇ ਨਾਲ ਨਹੀਂ ਰਹਿੰਦੇ। ਜਦੋਂ ਮਨੁੱਖ ਦਾ ਸਰੀਰ ਰੋਗੀ ਹੋ ਗਿਆ ਅਤੇ ਉਹ ਇਹਨਾਂ ਦੁਨਿਆਵੀ ਪਦਾਰਥਾਂ ਨੂੰ, ਕਹਿ ਲਈਏ ਕਿ ਜਦੋਂ ਮਨੁੱਖ ਦਾ ਸਰੀਰ ਰੋਗੀ ਹੋ ਕੇ ਹਸਪਤਾਲ ਦੇ ਬੈੱਡ ਦੇ ਉੱਤੇ ਪਿਆ, ਉਸ ਵਕਤ ਉਹ ਜੋ ਜ਼ਿੰਦਗੀ ਦੇ ਵਿੱਚ ਦੁਨਿਆਵੀ ਪਦਾਰਥ ਇਕੱਠੇ ਕੀਤੇ ਨੇ ਉਹਨਾਂ ਦਾ ਆਨੰਦ ਨਹੀਂ ਮਾਣ ਸਕਦਾ, ਜਦਕਿ ਉਸ ਪਰਮਾਤਮਾ ਦੇ ਨਾਮ ਨੂੰ ਜਿਸ ਬੰਦੇ ਨੇ ਸਮਝ ਲਿਆ, ਉਹਨੂੰ ਆਪਣੇ ਅੰਦਰ ਵਸਾ ਲਿਆ, ਉਹਦੇ ਨਾਲ ਇੱਕਮਿੱਕ ਹੋ ਗਿਆ, ਉਹ ਇਨਸਾਨ ਆਪਣੇ ਆਖਰੀ ਸਾਹ ਤੱਕ ਵੀ ਉਸ ਖੁਸ਼ੀ ਦਾ ਆਨੰਦ ਮਾਣ ਸਕਦਾ ਹੈ, ਉਸ ਪਰਮਾਤਮਾ ਦੇ ਨਾਮ ਨੂੰ ਉਹ ਭੋਗ ਸਕਦਾ ਹੈ। ਦੁਨਿਆਵੀ ਪਦਾਰਥ ਤੇ ਬਹੁਤ ਪਹਿਲਾਂ ਹੀ ਛੁੱਟ ਜਾਂਦੇ ਨੇ ਤਾਂ ਬਿਲਕੁਲ ਆਖਰੀ ਪਲ ਤੱਕ ਵੀ ਪਰਮਾਤਮਾ ਦਾ ਨਾਮ ਜੋ ਹੈ ਤੁਹਾਡੇ ਨਾਲ ਰਹਿੰਦਾ ਹੈ, ਜੇ ਤੁਸੀਂ ਉਹਨੂੰ ਸਮਝ ਲਵੋ ਤਾਂ। ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ। ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਮਿੱਤਰਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਪਰਿਵਾਰ ਨਾਲ ਸ਼ੇਅਰ ਕਰਿਓ। ਗੁਰਬਾਣੀ ਦਾ ਲਾਹਾ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।